ਚਲੋ ਬਈਆ ਆਪਾਂ ਸਮਾਨ ਲੈਣ ਲੱਗਿਆ ਵੱਛੇ ਲਈ ਛੋਟੇ ਲਈ ਤੇ ਦਵਾਈ ਦਵੂਈ ਲਈ ਆ ਉਹਦੇ ਜ਼ਖਮ ਬਹੁਤ ਤਗੜਾ ਤੁਹਾਨੂੰ ਪਤਾ ਇੱਦਾਂ ਉਹਦੇ ਉੱਤੇ ਲਾ ਦਾਂਗੇ ਚੱਲ ਤੁਰ ਚੱਲੀਏ ਪੱਟੀ ਕਰ ਦਾਂਗੇ ਅੱਜ ਆ ਰੂੰ ਲਿਆਂਦਾ ਵਾ ਇੱਕ ਲਿਕਵਿਡ ਆ ਦਵਾਈ ਇੱਕ ਸਰਿੰਜ ਆ ਬਾਕੀ ਪੱਟੀਆਂ ਵਾ ਸਾਰੀਆਂ ਚੱਲ ਜ਼ਖਮ ਜਾ ਉਹ ਵਲ ਵੁਲ ਕੇ ਅਸੀਂ ਆਏ ਅੱਜ ਇੱਥੇ ਬਣਾਉਣ ਲੱਗਿਆ ਬ੍ਰੈਡ ਮੈਗੀ ਰੋਲ ਅਸੀਂ ਸੋਚਿਆ ਵੀ ਬ੍ਰੈਡ ਮੈਗੀ ਰੋਲ ਬਣਾ ਲਈਏ ਕਿਉਂਕਿ ਅੱਜ ਕੰਮ ਲੱਗੇ ਹੋਏ ਸੀਗੇ ਆਹ ਕਰਨ ਦੂਜਾ ਕੀ ਬੋਲਦਾ ਇਹਨੂੰ ਸ਼ਿਮਲਾ ਮਿਰਚਾਂ ਦੀ ਪਨੀਰੀ ਬੀਜਣੀ ਅੱਜ ਆਹ ਛਾਣ ਕੇ ਇੱਧਰ ਕੀਤੀ ਆ ਦੇਖੋ ਵੱਖਰੀ ਕਰਤੀ ਆ ਸਫਾਈ ਨਾਲ ਕੱਢ ਕੇ ਤੇ ਇੱਧਰ ਯਾਰ ਉਹ ਨਹੀਂ ਸਹੀ ਇਹ ਤਾਂ ਪੱਕਦਾ ਨਹੀਂ ਥਾਂ ਆਹ ਇੱਦਾਂ ਲੈਣਾ ਬਣਾਈ ਜਾਣੀਆਂ ਵਾ ਸਾਰੇ ਲੈਣਾ ਬਣਾ ਬਣਾ ਕੇ ਨਾ ਅਤੇ ਬਾਅਦ 'ਚ ਉੱਧਰ ਵੀ ਸਾਰੇ ਲੈਣਾ ਬਣਾ ਕੇ ਵਿੱਚ ਵੀ ਘੇਰੀ ਜਾਣੇ ਆ ਸਹੀ ਆ ਸਹੀ ਆ ਪੂਰਾ ਨੱਪ ਉਧਰ ਸ਼ਿਮਲਾ ਮਿਰਚ ਦੀ ਪਨੀਰੀ ਲਾਉਂਦੇ ਪਏ ਆ ਬੀਜਣ ਡਏ ਆ ਤੇ ਇੱਧਰ ਆਪਾਂ ਇੱਧਰ ਬਣਾਉਣ ਲੱਗੇ ਆ ਹੁਣ ਰੈਸਪੀ ਬਈ ਅੱਜ ਲੋਕੇਸ਼ਨ ਚੇਂਜ ਕਰ ਲਈ ਅਸੀਂ ਆਹ ਡੇਗ ਦਾ ਸ਼ਾਮ ਆਦੂ ਆ ਤੇ ਅੱਜ ਅਸੀਂ ਸਭ ਤੋਂ ਵੱਖਰੇ ਲੋਕੇਸ਼ਨ ਚੁਣੀ ਆ ਇੱਥੇ ਬਣਾਵਾਂਗੇ ਬ੍ਰੈਡ ਮੈਗੀ ਰੋਲ ਆਹ ਵਧੀਆ ਵਾ ਚੋਪਿੰਗ ਬੋਰਡ ਹੈ ਚੋਪਿੰਗ ਬੋਰਡ ਐ ਮੈਂ ਰੱਖਿਆ ਸੀਗਾ ਕੈਂਪਿੰਗ ਬੈਗ 'ਚ ਹੁਣ ਕੱਢ ਲਿਆ ਅਸੀਂ ਸੋਚਿਆ ਵੀ ਆਪ ਵੀ ਖਾ ਲਾਂਗੇ ਬ੍ਰੈਡ ਮੈਗੀ ਰੋਲ ਬ੍ਰੈਡ ਵੀ ਲੈ ਆਏ ਹਾਂ ਅਤੇ ਉਹਨਾਂ ਨੂੰ ਵੀ ਦੇ ਦਾਂਗੇ ਉੱਧਰ ਤੁਹਾਨੂੰ ਪਤਾ ਸ਼ਿਮਲਾ ਮਿਰਚ ਦੀ ਪਨੀਰੀ ਬੀਜਣ ਡਈਆਂ ਵਾ ਸਾਹਮਣੇ ਹੁਣ ਅੱਜ ਇਹਦੇ 'ਤੇ ਲੱਗੇ ਨਿੱਕੇ ਸਿਲੰਡਰ 'ਤੇ ਫਿਰ ਇੱਥੇ ਚੁੱਲ੍ਹਾ 'ਚ ਅਸੀਂ ਆਪ ਹੀ ਨਹੀਂ ਲਿਆਂਦਾ ਸੀ ਕਿ ਗੰਦ ਜਾਣ ਜ਼ਿਆਦਾ ਵੱਜੇ ਅਤੇ ਇਸ ਕਰਕੇ ਨਿੱਕੇ 'ਤੇ ਬਣਾ ਲਵਾਂਗੇ ਪਹਿਲਾਂ ਆਪਾਂ ਮੈਗੀ ਇੱਥੇ ਤਿਆਰ ਕਰਾਂਗੇ ਤੁਹਾਨੂੰ ਪਤਾ ਹੀ ਆ ਅਤੇ ਉਹ ਡੈਡੀ ਪੱਟਣਾ ਸਵਾਂਜਣਾ ਉਹ ਦੇਖੋ ਕਹਿੰਦੇ ਸਵਾਂਜਣਾ ਜਿਹੜਾ ਸੁੱਕ ਗਿਆ ਪਰੇ ਡੰਡਾ ਹੀ ਖੜਾ ਰਹਿ ਗਿਆ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਹੀ ਪਾਉਣਾ ਟਮਾਟਰ ਅਤੇ ਨਾਲ ਸ਼ਿਮਲਾ ਮਿਰਚ ਆਹ ਲੈ ਕੜਛੀ ਲੈ ਐਡੀ ਕੜਛੀ ਛੋਟੀ ਫੜ ਥੋੜ੍ਹੀ ਜਿਹੀ ਸ਼ਿਮਲਾ ਮਿਰਚ ਪਾਈ ਕੜਾਹੀ ਵੀ ਛੋਟੀ ਆ ਵਧੀਆ ਨਾ ਸੋਹਣੀ ਲੱਗਦੀ ਪਈ ਹਾਂ ਬਹੁਤ ਚਿਰ ਬਾਅਦ ਆਹ ਚੀਜ਼ ਬਣਾਉਣ ਲੱਗੇ ਆ ਅੱਜ ਤੂੰ ਕੀ ਬਣਾਉਣਾ ਇੱਥੇ ਹਾਂ ਇਹ ਵੀ ਉਹਨਾਂ ਨੂੰ ਦੇ ਦਾਂਗੇ ਅਸੀਂ ਕਿਹਾ ਨਾਲੇ ਉਹਨਾਂ ਨੂੰ ਖਵਾ ਦਾਂਗੇ ਨਾਲੇ ਇੱਥੇ ਸੌਖਾ ਕੰਮ ਆ ਬਣਾ ਲੈਂਦੇ ਨਾਲੇ ਹਨਾ ਲੈ ਮੈਗੀ ਮਸਾਲਾ ਕਿਉਂ ਨਹੀਂ ਲੈ ਕੇ ਆਇਆ ਤੂੰ ਤੂੰ ਹੀ ਨਹੀਂ ਲਿਆਈ ਲਿਆਈ ਨਹੀਂ ਪਲੇ ਕਾ ਕਰਤਾ ਮਜ਼ਾ ਹੀ ਨਹੀਂ ਆਉਣਾ ਉੱਤੋਂ ਬਿਨਾਂ ਕੋਈ ਤਾਂ ਬਾਹਰ ਨਾਲ ਮੰਗਵਾ ਲੈਂਦੇ ਬਾਅਦ 'ਚ ਪਾ ਹੀ ਸਕਦੇ ਕੌਣ ਆਈ ਆਹ ਤਾਂ ਕੰਮ ਸੌਖਾ ਹੀ ਆ ਮੈਗੀ ਤਾਂ ਹੁਣੇ ਬਣ ਜਾਣੀ ਥੋੜੇ ਚਿਰ ਤੱਕ ਹਨਾ ਤੇ ਬਾਅਦ ਚ ਕੰਮ ਤਾਂ ਉਹਦਾ ਹੀ ਆ ਮੇਨ ਜੋ ਮੈਗੀ ਰੋਲ ਕਰਨੇ ਆ ਤੇ ਉਹਦੇ ਲਈ ਸੱਚ ਜੋੜਨਾ ਕਿੱਦਾਂ ਵਾ ਨੀ ਮੈਦਾ ਨੀ ਹੈਗਾ ਬਸ ਹੁੰਦੇ ਨਾ ਜੁੜ ਜਾਣਾ ਜੁੜ ਜਾਣਾ ਕੋਈ ਚੱਕਰ ਨੀ ਮੋਟਰ ਤੇ ਇੰਨਾ ਕੁ ਵੇਖੋ ਠੰਡਾ ਮੌਸਮ ਜਿਹਾ ਲੱਗਦਾ ਨਾ ਬੰਨੇ ਬੰਨੇ ਤਾਂ ਗਰਮੀ ਗਰਮੀ ਆ ਬਸ ਇੱਥੇ ਇੱਦਾਂ ਵਾ ਠੰਡਾ ਰਹਿੰਦਾ ਵਾ ਐਨ ਰੁੱਖਾਂ ਦੇ ਰੁੱਖ ਵੇਖ ਲਓ ਕਿੱਥੋਂ ਤੱਕ ਛਾਂ ਜਾਂਦੀ ਵੈਸੇ ਜੇ ਗੱਲ ਕਰਾਂ ਉਹ ਦੇਖੋ ਕਿੱਥੋਂ ਤੱਕ ਛਾਂ ਵਾ
ਤੇ ਛਾਂ ਹੀ ਛਾਂ ਆ ਵੇਖੋ ਕਿੱਥੋਂ ਤੱਕ ਪਰੇ ਪਰੇ ਇੱਧਰਲੇ ਵੀ ਬੰਨੇ ਵੀ ਸਾਰੇ ਛਾਂ ਹੀ ਆ ਤੇ ਉਹ ਤੇ ਅਸੀਂ ਬਣਾਉਣ ਡਏ ਆ ਬਣ ਗਈ ਬਸ ਆਵੇ ਬਾਣੀ ਚੱਲੀ ਸਲੋ ਤੇ ਬਣਾ ਦੇਣ ਲੱਗੀ ਮੈਗੀ ਮਸਾਲਾ ਘਰੇ ਆ ਮੈਗੀ ਮਸਾਲਾ ਮੈਂ ਕਿਹਾ ਘਰੇ ਮੰਗਾ ਲਗੇ ਮੈਗੀ ਤਾਂ ਬਣ ਗਈ ਆ ਹੁਣ ਇਹਦੇ ਵਿੱਚ ਸੌਸਾਂ ਸੂਸਾਂ ਪਾ ਦੇ ਕਿਹੜੀ ਕਿਹੜੀ ਪਾਉਣੀ ਆ ਪਹਿਲਾਂ ਇਹਨਾਂ ਦੀਆਂ ਜਿੰਨੀਆਂ ਵੀ ਸਾਈਡਾਂ ਨਾ ਸਾਰੀਆਂ ਆਪਾਂ ਲਾ ਕੇ ਫਿਰ ਇਹ ਚਿਪਕ ਜਾਂਦੇ ਆ ਮਤਲਬ ਉਦਾਂ ਇਹਦੇ ਨਾਲ ਚਿਪਕਣੀਆਂ ਨਹੀਂ ਨਾ ਰੋਲ ਜਿਹੜਾ ਵਾ ਹੁੰਦਾ ਚਿਪਕਦਾ ਹੀ ਨਹੀਂ ਇਹ ਤਾਂ ਲਾਉਣੇ ਪੈਂਦੇ ਹਾਂ ਤੇ ਚਿਪ ਵੀ ਬੜਾ ਪਿਆ ਹੁੰਦਾ ਵੇਖੀ ਇਹਦੇ ਪਤਾ ਤੈਨੂੰ ਗੁਲਾਬ ਜਾਮਨ ਨੂੰ ਵੀ ਬਣ ਜਾਂਦੇ ਵੇਖੀ ਬਹੁਤ ਘੈਂਟ ਬਣਦੇ ਬਸ ਉਹ ਵੀ ਕਿਸੇ ਦਿਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਇਹਦੇ ਵਿੱਚ ਜਿਹੜੀ ਮੈਗੀ ਆ ਇਹਦੇ ਵਿੱਚ ਮੈਨੂੰ ਲੱਗਦਾ ਚਮਚਾ ਦੂਸਰਾ ਹੁੰਦਾ ਨਾ ਵਿੱਚ ਪਾ ਪਾ ਕੇ ਰੱਖੀ ਜਾਣਾ ਹੁਣ ਮੈਗੀ ਪਾਈਏ ਤੇ ਰੋਲ ਕਰ ਕਰਕੇ ਕਰੀ ਤੇ ਗਾਇਸ ਹੁਣ ਮੈਂ ਕਰਦੀ ਪਈ ਸੀ ਤੇ ਮੇਰੇ ਤੋਂ ਨਾ ਸੈੱਟ ਜਿਹਾ ਨਹੀਂ ਆਇਆ ਤੇ ਕਹਿੰਦਾ ਮੈਂ ਬਣਾਉਣਾ ਆਪੇ ਆਪਦੀ ਰੈਸਪੀ ਤੂੰ ਮੈਨੂੰ ਭੇਜਦੀ ਬਹੁਤ ਤੋਰਦੀ ਬਹੁਤ ਆ ਤੂੰ ਹੁਣ ਤੁਰਤ ਮੈਂ ਬਹਿਨਾ ਵਾ ਵੇਖੀ ਹੁਣ ਜੇ ਬਣਾਉਣੇ ਨਾ ਤੋਂ ਪਹਿਲਾਂ ਆ ਜਿਵੇਂ ਇੱਥੇ ਹੱਥ ਮੜਾ ਮੜਾ ਗਿੱਲਾ ਕਰਕੇ ਇਦਾਂ ਲਾਈ ਜਾਓ ਗਿੱਲਾ ਕਰ ਕਰਕੇ ਥੋੜਾ ਸੌਫਟ ਹੋ ਜੂਗਾ ਹੈ ਨਾ ਫਿਰ ਬਾਅਦ ਚਾਹ ਭਰੋ ਇੰਨਾ ਚ ਹਾਂ ਇਦਾਂ ਜ਼ਿਆਦਾ ਨਹੀਂ ਥੋੜਾ ਭਰ ਜਿਹੜਾ ਕੋਰਨ ਸਟਾਰਚ ਪਾਇਆ ਤੂੰ ਥੋੜਾ ਹੀ ਆ ਕੋਰਨ ਸਟਾਰਚ ਪਾਲਾ ਹੋਰ ਮੈਂ ਪਾ ਦੇ ਇਦਾਂ ਬਣਾ ਬਣਾ ਰੱਖੀ ਜਾਓ ਇਹਨੂੰ ਖੁੱਲਾ ਪਾ ਹੁਣ ਬਣਨੀ ਆ ਵੇਖੀ ਹੁਣ ਇਹਨੂੰ ਐਂ ਮਿਲਾ ਕੇ ਵੇਖੀ ਜੋੜਦਾ ਹੁਣ ਲਾ ਲਾ ਕੇ ਇੱਦਾਂ ਪ੍ਰੈਸ ਕਰ ਕਰਕੇ ਦੇਖੀ ਚੱਲੋ ਬਣਦੀ ਕਿਵੇਂ ਹੋ ਗਿਆ ਗਿੱਲਾ ਪਾਓ ਮੈਗੀ ਜ਼ਿਆਦਾ ਨਾ ਭਰ ਬਾ ਇੰਨੀ ਕੁ ਬਹੁਤ ਆ ਹਾਂ ਜਿਹੜਾ ਵਾ ਇਹਨੂੰ ਇੱਦਾਂ ਸਾਈਡਾਂ ਜਿਹੜੀ ਨਾ ਭਰ ਦੇਣੀ ਆ ਇੱਧਰੋਂ ਜੋੜ ਦਿਓ ਇਹ ਬ੍ਰੈਡ ਨਾ ਹਜੇ ਛੋਟੇ ਆ ਅਕਸਰ ਇਹ ਵੱਡੇ ਸਾਈਜ਼ ਦੇ ਹੁੰਦੇ ਉਹਦੇ ਨਾਲ ਬਹੁਤ ਜ਼ਿਆਦਾ ਰੋਲ ਹੁੰਦਾ ਵਧੀਆ ਮਿਲੇ ਹੀ ਨਹੀਂ ਸਾਡੇ ਪਤਾ ਨਹੀਂ ਮਿਲਦੇ ਮਿਲਦੇ ਨਹੀਂ ਗੈਸ ਇਵੇਂ ਦੇ ਵੱਡੇ ਬ੍ਰੈਡ ਆ ਇੱਧਰ ਆ ਦੇਖੋ ਇੱਦਾਂ ਪਾਓ ਗਾਇਸ ਹੁਣ ਅਸੀਂ ਕਰ ਲਈਏ ਫਿਰ ਤੁਹਾਨੂੰ ਮਿਲਦੇ ਉੱਥੇ ਸਾਡੇ ਲੱਗਦੀ ਪਈ ਅੱਜ ਸ਼ਿਮਲਾ ਮਿਰਚਾਂ ਦੀ ਪਨੀਰੀ ਅਤੇ ਲੰਮੀਆਂ ਮਿਰਚਾਂ ਦੀ ਪਨੀਰੀ ਅਤੇ ਆਹ ਆਹ ਵਾਲਾ ਜਿਹੜਾ ਆਪਣਾ ਸਵਿਮਿੰਗ ਪੂਲ ਆ ਬਸ ਇਹ ਹੁਣ ਪੂਰ ਦੇਣਾ ਝੋਨਾ ਵੱਢ ਕੇ ਸਾਰਾ ਪੂਰ ਦੇਣਾ ਆਪਾਂ ਅਤੇ ਮੋਟਰ ਹਜੇ ਵੀ ਚੱਲਦੀ ਕਿਉਂਕਿ ਹਜੇ ਝੋਨੇ ਕਈ ਸੁੱਕੇ ਕੀ ਆ ਹਰੇ ਆ ਆਵੇ ਜਿਵੇਂ ਆਹ ਤੱਦਾ ਵੱਢਿਆ ਗਿਆ ਸਾਡਾ ਮਤਲਬ ਅੱਧੇ ਤੋਂ ਥੋੜ੍ਹਾ ਅਤੇ ਮੈਨੂੰ ਅੱਜ ਆਹ ਵਾਲੀ ਲੋਕੇਸ਼ਨ ਬੜੀ ਵਧੀਆ ਲੱਗੀ ਮੈਂ ਤੁਹਾਨੂੰ ਦਿਖਾਉਣੀ ਪਿੱਛੇ ਅੱਗੇ ਅਸੀਂ ਉੱਥੇ ਬਣਾਉਂਦੇ ਹੁੰਦੇ ਕਈ ਵਾਰੀ ਇੱਥੇ ਬਣਾਉਂਦੇ ਹੁੰਦੇ ਤੇ ਆ ਜੋ ਲਾ ਲੂ ਕੇ ਪਤਾ ਕੀ ਕਰੋ ਜੇ ਨਿੱਕਿਆ ਬ੍ਰੈਡ ਸਭ ਤੋਂ ਪਹਿਲਾਂ ਐਂ ਹੱਥ 'ਚ ਰੱਖ ਲਓ ਵੀ ਕਿਸੇ ਵੱਲੋਂ ਖਿਲਰੇ ਨਾ ਅਤੇ ਉਹਨੂੰ ਪ੍ਰੈਸ ਪਰੂਸ ਕਰ ਦਿਉ ਹੱਥ ਗਿੱਲਾ ਕਰ ਕਰਕੇ ਫਿਰ ਪੂਰਾ ਗੋਲ ਹੋ ਜੂਗਾ ਦੇਖੋ ਉੱਦਾਂ ਨਿੱਕੇ ਬਰਿੱਡ ਉੱਦਾਂ ਨਿੱਕੇ ਬਰਿੱਡਾਂ ਦਾ ਕਦੀ ਨਹੀਂ ਬਣਦਾ ਸਾਡੇ ਗਾਇਸ ਨੇੜਿਓਂ ਇੱਥੋਂ ਮਿਲਦੇ ਨਿੱਕੇ ਨਿੱਕੇ ਵੱਡੇ ਮਿਲਦੇ ਕਈ ਵੱਡੇ ਬ੍ਰੈਡਾਂ ਦਾ ਸੈਂਡਵਿਚ ਕਿੰਨੀਆਂ ਹੀ ਮਿਲਦੀਆਂ ਹੋਈ ਹੋਰ ਕੀ ਰੱਖਦੇ ਹੀ ਨਹੀਂ ਦੇ ਕਰੀਏ ਕੀ ਰੁੱਖਾਂ ਦਾ ਵੇਖੋ ਫਾਇਦਾ ਗਾਇਸ ਇੱਥੇ ਵੀ ਰੁੱਖ ਆ ਸਾਡੇ ਜਿੱਥੇ ਅਸੀਂ ਬੈਠੇ ਹੋਏ
ਆ ਝੋਨਾ ਵੱਢਿਆ ਜਾਣਾ, ਪੱਧਰ ਹੋ ਜਾਣਾ ਸਾਰੇ ਥਾਂ ਪੱਧਰ ਬਰਾਬਰ ਹੋ ਜਾਣਾ ਹੈ ਨਾ। ਇੱਦਾਂ ਹੁਣ ਮੈਂ ਹੱਥ 'ਚ ਲੈ ਲਿਆ ਨਾ ਮੁੱਠੀ ਮੁੱਠੀ 'ਚ ਹੈਂ, ਫਿਰ ਇਹਨੂੰ ਮੁੱਠੀ 'ਚ ਲਈ ਰੱਖੋ, ਫਿਰ ਬਾਅਦ 'ਚ ਆ ਦੇਖੋ ਪੂਰਾ ਰੋਲ ਹੋ ਗਿਆ, ਸਾਰੇ ਇਹਨੇ ਕਰ ਲਿਆ ਤਿਆਰ ਹੈਗੇ ਸੀਗੇ, ਵੇਖੋ ਹੋ ਗਏ ਸਾਰੇ ਸਾਰੇ ਤਿਆਰ ਕਰ ਲਏ। ਹੁਣ ਆਪਾਂ ਇਹਦੇ ਵਿੱਚ ਤੇਲ ਪਾ ਕੇ ਤੇ ਕਰੀਏ ਉਹਨਾਂ ਨੂੰ ਸਰਪ੍ਰਾਈਜ਼ ਦੇਵਾਂਗੇ ਖਾਣ ਨੂੰ, ਤੇ ਨਾਲੇ ਆਪਾਂ ਉਹਨਾਂ ਨੂੰ ਖਾਣ ਨੂੰ ਵੀ ਦੇ ਦਾਂਗੇ, ਅਗਲੇ ਕੰਮ ਲੱਗੇ ਹੋਏ ਵਿਚਾਰੇ, ਵੇਖਾਂਗੇ ਵੇ ਕੀ ਖੁਸ਼ ਖੁਸ਼ ਹੁੰਦੇ। ਤੇ ਹੁਣ ਆਪਾਂ ਇੱਥੇ ਹੁਣ ਆਵਾਜ਼ ਚੱਲਣ ਲੱਗ ਪਈ, ਅੱਗੇ ਬੰਦ ਹੋਈ ਹੋਈ ਸੀ, ਚਲੋ ਤੇ ਹੁਣ ਆਪਾਂ ਰੱਜੀ ਬਣਾਉਂਗੀ ਹੁਣ ਬਈ। ਹੁਣ ਆਪਾਂ ਪਾਉਣੇ ਪਏ ਮੈਗੀ ਰੋਲ, ਬੜੇ ਘੈਂਟ ਬਣੇ। ਤਰੀਕਾ ਦੱਸਤਾ ਬਈ, ਜੇ ਨਿੱਕੇ ਮੈਗੀ ਰੋਲ ਤੁਹਾਨੂੰ ਮਿਲਣ ਹੱਥ ਦੇ ਵਿੱਚ ਲੈ ਕੇ ਨਾ ਨੱਪ ਨੱਪ ਕੇ ਕਰ ਲਿਆ ਕਰੋ, ਬਣਾ ਲਿਆ ਕਰੋ। ਓਦਾਂ ਨਿੱਕੇ ਬ੍ਰਿਡਾਂ ਦਾ ਤਾਂ ਬਣਦਾ ਹੀ ਨਹੀਂ ਆ, ਵੱਡੇ ਦਾ ਵੀ ਨਹੀਂ ਸੂਤ ਆਉਂਦਾ। ਇਹ ਤਰੀਕਾ ਜਿਹੜਾ ਹੱਥ ਨਾ ਹੱਥ ਦੇ ਵਿੱਚ ਨੱਪ ਨੱਪ ਕੇ ਪ੍ਰੈਸ ਕਰ ਕਰਕੇ ਤੁਸੀਂ ਬਣਾ ਸਕਦੇ ਆ। ਦੇਖੋ ਬਣਦੇ ਪਏ, ਲਓ ਬਈ ਚਾਹ ਪੀਣ ਲੱਗਾ ਕਹਿੰਦੇ, ਕਹਿੰਦੇ ਕੌਣ, ਮੈਂ ਆਪ ਪੀਣ ਲੱਗਾ ਕਹਿੰਦੇ। ਹਾਂ ਇਹ ਆਇਆ ਹੁਣੇ ਪਤਾ ਨੀ ਕਿੱਧਰੋਂ ਹੋ ਕੇ, ਕਹਿੰਦੇ ਡੈਡੀ ਯਾਰ ਜੀ ਖਾਈਏ, ਬੀਬੀ ਨੂੰ ਕੀ ਕਹਿੰਦੇ ਹੁੰਦੇ ਬਣ ਗਏ ਫੇਰ ਅੱਜੀ ਸੱਚੀ ਖਿਲ ਰਿਹਾ ਵਿੱਚ ਕੋਈ ਓਏ ਘੈਂਟ ਯਾਰ ਘੈਂਟ ਬਣੇ ਫੁੱਲ ਘੈਂਟ। ਅਜੇ ਮੈਗੀ ਮਸਾਲਾ ਨੀ ਪਾਇਆ ਭਰਾਵਾ, ਘਰੇ ਰਹਿ ਗਿਆ, ਹਜੇ ਓਦਾਂ ਹੀ ਬੜਾ ਸਵਾਦ ਮੈਗੀ ਲਈ ਆ ਸਪੈਸ਼ਲ ਅੱਜ ਬਸ ਕੱਢ ਲਾਣੀ, ਬੜੇ ਵਧੀਆ ਯਾਰ ਬਣ ਗਏ ਹੈ ਨਿਕਾਲ ਦੇ। ਓ ਟਿਸ਼ੂ ਕੋ ਆਗ ਲੱਗ ਗਈ, ਓਏ ਹੋਏ ਓਏ ਹੋਏ 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 ਬਾਤ ਸੁਣ ਨਹੀਂ ਬੁੱਝੀ, ਜਿੰਨੀ ਅੱਗ ਬੁਝਾ ਤੂੰ ਕਹਿੰਦਾ ਪਿਆ ਵਾ ਹਾਵੇ ਹੁਣ ਖਾਣਾ ਨੀ ਪਿਆ, ਤੂੰ ਕਿਆ ਕਹਿੰਦੇ ਕਰੰਚੀ ਬਣੇ ਕਰੰਚੀ, ਦੇਖੋ ਬਈ ਦੇਖਣ ਨੂੰ ਤੁਹਾਨੂੰ ਪਤਾ ਲੱਗਦਾ ਹੋਣਾ ਕਰੰਚੀ ਕਿੰਨੇ। ਰੈਡੀ ਹੋ ਗਏ ਆਪਣੇ ਬ੍ਰੈਗ ਮੈਗੀ ਰੋਲ, ਬ੍ਰੈਗ ਮੈਡੀ ਬ੍ਰੈਡ ਆ ਬ੍ਰੈਗ ਕੀ, ਚੱਲ ਬਈ ਰੈਡੀ ਆ ਹੁਣ ਟੇਸਟ ਬਈ ਕਰੇਗਾ ਲਾਪਰੀ ਦਾ, ਉਹਨਾਂ ਨੂੰ ਵੀ ਸਾਧ ਦੇਣੇ, ਕਿੰਨੀਆਂ ਜਾਣੀਆਂ ਵਾ ਬਈ ਗਿਣ ਲਓ, ਬੁਰੇ ਆ ਜਾਣਗੇ, ਇੱਕ ਇੱਕ ਆ ਜੂਗਾ ਉਹਨਾਂ ਨੂੰ। ਰੈਡੀ ਆ ਬਈ ਬ੍ਰੈਡ ਮੈਗੀ ਰੋਲ, ਉਹ ਇਕੱਲੀ ਮੈਗੀ ਖਾ ਗਿਆ ਜਿਹੜੀ ਬਚੀ ਨਹੀਂ ਸਾਰੀ ਖਾ ਗਿਆ, ਟੇਸਟ ਦੋ ਬਈ ਉਹਨੂੰ ਕੁੜੀਏ ਟੇਸਟ, ਮੈਂ ਕੀ ਖਾ ਲਾ ਹਾਂ ਮੈਂ ਕਿਉਂ ਖਾਂਦਾ ਡੈਡੀ, ਟੇਸਟੀ ਤਾਂ ਬਹੁਤ ਬਣਾ, ਤੁਸੀਂ ਖਾਣਾ ਵਾ ਨਹੀਂ ਖਾਣਾ, ਦੱਸ ਫਿਰ ਕਿਵੇਂ ਆ ਕਰੰਚੀ, ਜਿਸ ਕਰਨਾ ਫੜ ਦਿਆ ਹੂੰ ਬੈਸਟ ਆ, ਫਿਰ ਖਾ ਵੇਖੋ ਬਈ ਖਾਂਦਾ ਨਹੀਂ ਤਾਂ ਮਰੇ ਮਜੇ ਜਣਾ, ਉਹਨਾਂ ਨੂੰ ਦੇ ਆ ਤੂੰ ਲੈਣਾ ਤੇ ਗਾਇਸ, ਹੁਣ ਆਪਾਂ ਦੇ ਦਈਏ ਉਹਨਾਂ ਨੂੰ, ਚਲੋ ਇਹ ਦਿਖਾਓ ਪਹਿਲਾਂ ਇਹਦਾ ਸਵਾਦ ਦੱਸੋ ਕੀ ਹੋਊਗਾ, ਵੈਸੇ ਤੁਸੀਂ ਦੱਸੋ ਨਾ ਕੀ ਆ ਇਹ, ਇਹ ਵੀ ਇੱਕ ਟੈਲੈਂਟ ਹੀ ਆ ਜਿਹੜਾ ਕਿਸੇ ਕਿਸੇ ਨੂੰ ਆਉਂਦਾ ਹੈ, ਸਹੀ ਹੈ ਜਿਵੇਂ ਨਾਗ ਜੇ ਨਹੀਂ ਹੁੰਦੇ ਉਹ ਸੂਟਾਂ 'ਚ ਗਿੰਦੀ ਗਿੰਦੀਆਂ ਵਰਗੀ, ਹਾਂ ਕਿਵੇਂ ਸਵਾਦ ਦੱਸੋ, ਖਾਦਾ ਨਹੀਂ ਇੱਕ ਵੀ, ਇਕੱਠਾ ਹੀ ਪਾ ਲੈਣਾ ਸੀ ਮੂੰਹ 'ਚ, ਮੈਂ ਵੈਸੇ ਹੀ ਕਰਨ ਲੱਗਾ ਕਰਦੀ ਕਿ ਨਹੀਂ, ਤੇਰਾ ਤਾਂ ਯਾਰ ਰੋਜ਼ ਦਾ ਹੀ ਵੇਹਨੇ ਆ, ਉਹਨਾਂ ਨੇ ਵੇਖ ਲਿਆ ਤੇ ਕਹਿੰਦਾ ਇਹ ਮੈਂ ਇੱਡਾ ਚਮਚਾ ਕੌਣ ਖਾਊ, ਤੂੰ ਹੀ ਖਾਣਾ ਹੈ ਚਮਚਾ, ਮੈਂ ਕਿਹਾ ਵੀਡੀਓ ਬਣਾ ਲੂਗੀ ਫਨੀ ਵੀਡੀਓ ਬਣ ਜੂਗੀ, ਹਾਂ ਤੂੰ ਹੀ ਅੱਗੇ ਫਨੀ ਬਣਾਉਣਾ, ਕਹਿੰਦੇ ਸਵਾਦ ਆ ਹੈ ਬਹੁਤ ਸਵਾਦ ਆ, ਚਲੋ ਖਾ ਲਓ ਪੱਤੇ ਦੇ ਓਲੇ ਹੋ ਗਈ, ਪੱਤੇ ਦੇ ਓਲੇ ਹੋ ਗਈ, ਅੱਜ ਅਸੀਂ ਬਣਾਏ ਸੀ ਮੈਗੀ ਰੋਲ, ਤੁਹਾਨੂੰ ਕਿਵੇਂ ਦੇ ਲੱਗੇ, ਅਤੇ ਬਸ ਬਾਅਦ 'ਚ ਅਸੀਂ ਘਰੇ ਆ ਗਏ ਸੀ ਮੋਟਰ ਤੋਂ ਵਾਪਸ, ਬਾਅਦ 'ਚ ਇਹਨਾਂ ਜਿਸ ਕਾਰਨ ਝੋਨਾ ਵੱਢਿਆ,
ਤੇ ਬਸ ਤੁਹਾਨੂੰ ਕੱਲ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਬਾਏ।